हेलो फ्रेंड्स, मैं थोड़ा अपना होस्ट एंड दोस्त हरपिंदर, तो तुम देख रहे हो हरपिंदर जीत सिंह स्टूडियोज़। दोस्तों अडे विद द सैलिब्रिटी द नैक्सट एपीसोड के भी थोड़ा सारे का बहुत बहुत स्वागत है। इस प्रोग्राम के अभी सैलिब्रिटी का डेली का डेट टू डे स्केड्यूल थोड़ा दिखाने हैं एक डॉक्यूमेंट्री फिल्म के जरिए। अब जैसे जिस शख्स रूबरू करावे पंजाबी फिल्म इंडस्ट्री के मन्ने परमन्ने फिल्म एक्टर ने ते सिंगर भी ने, थोड़ा जहाँ हिंट दे देना। पागल इंसान गाना तुम सुने ही होना, या फिर थोड़ा हिंट थोड़ा होर दे देना, चन्ना मेरिया खिडो खुंडी। जी हाँ दोस्तों, तुम बिल्कुल सही गैस किया, गुरमुख सिंह गिन्नी। आओ चलते उन्होंने घर देखते इस टाइम की कर रहे हैं। आ जाओ सब तो पहला गिन्नी, ये दसो कि लगे साढ़े शो के आके। बहुत वधिया, तुसी आए मेरे घर, कैसा लगा तुहानू मेरे घर आके? मजा आ गया घर देख के, बड़ा वधिया बनाया। चलो शुक्रिया। डाइट प्लान की है तुहाडा, बड़े फिट रहने हो तुसी, एदा की राज की है? हुण देख लो मेरे मित्र ने ये तो मैं कह रहे हैं हम भी असी बहुत पुराने जानते हैं, वैसे 10-15 साल पहला दे ते आप ही देख लो हम ਇਹ ਫਿੱਟ ਨੇ ਤੇ ਪੁੱਛ ਮੈਨੂੰ ਰਹੇ ਨੇ, ਇਹੀ ਮੈਂ ਕਹਿ ਰਿਹਾ ਨਾ ਕਿ ਤੁਸੀਂ ਵੀ ਫਿੱਟ ਹੋ, ਪੁੱਛ ਮੈਨੂੰ ਰਹੇ ਹੋ। ਮੈਂ ਪਾਣੀ ਬਹੁਤ ਪੀਂਦਾ, ਮੈਂ ਰਨਿੰਗ ਬਹੁਤ ਕਰਦਾ। ਗੁੱਡ, ਸਵੇਰੇ ਮੇਰਾ ਪਲਾਨ ਇਹੀ ਹੈ ਵੀ ਮੈਂ ਰਨਿੰਗ ਕਰਨੀ ਹੀ ਕਰਨੀ ਹੈ, ਤੇ ਕਈ ਵਾਰੀ ਹੁਣ ਜਿਵੇਂ ਦਾ ਬਾਕੀ ਐਕਟਰਾਂ ਦਾ ਸ਼ਡਿਊਲ ਹੁੰਦਾ ਹੈ ਨਾ, ਕੋਸ਼ਿਸ਼ ਕਰੀਦੀ ਵੀ ਜੇ ਐਕਟਰ ਹਾਂ ਆਪਦੇ ਆਪ ਨੂੰ ਐਕਟਰ ਮੰਨ ਲਿਆ ਤਾਂ ਉਸ ਤਰੀਕੇ ਦੀ ਡਾਇਟ ਵੀ ਰੱਖੀਏ। ਬਿਲਕੁਲ ਠੀਕ ਹੈ, ਕਈ ਵਾਰੀ ਉਹ ਫੋਲੋ ਹੋ ਜਾਂਦੀ ਹੈ, ਕਈ ਵਾਰੀ ਨਹੀਂ ਵੀ ਹੁੰਦੀ, ਬਟ ਕੁੱਲ ਮਿਲਾ ਕੇ ਸਹੀ ਚੱਲ ਰਿਹਾ, ਸਹੀ ਚੱਲ ਰਿਹਾ ਤਾਂ ਕਰਕੇ ਇੱਦਾਂ ਜਿਹਾ ਰੱਖਿਆ। ਕੋਈ ਮਤਲਬ ਪਾਰਟੀਕੁਲਰ ਤੁਸੀਂ ਉਹ ਚੀਜ਼ ਮੈਂ ਸਵੇਰੇ ਉੱਠ ਕੇ ਇਹ ਖਾਣਾ ਇਹ ਖਾਣਾ ਇੱਦਾਂ ਦਾ ਕੁਛ ਨਹੀਂ ਹੁੰਦਾ? ਕਦੇ ਕਦੇ ਜਦੋਂ ਤਾਂ ਜਦੋਂ ਸ਼ੂਟਿੰਗ 'ਤੇ ਹੁੰਦਾ ਉਦੋਂ ਕਈ ਵਾਰੀ ਉਹ ਕੰਟੀਨਿਊਟੀ ਨਹੀਂ ਵੀ ਬਣ ਪਾਉਂਦੀ, ਕਿ ਕਈ ਵਾਰੀ ਪ੍ਰੋਡਕਸ਼ਨ ਦੇ ਬੰਦੇ ਜਿਹੜੇ ਆ ਪ੍ਰੋਵਾਈਡ ਨਹੀਂ ਕਰਦੇ, ਨਹੀਂ ਪ੍ਰੋਵਾਈਡ ਕਰਵਾ ਦਿੰਦੇ ਆ, ਕਰਵਾ ਵੀ ਦਿੰਦੇ, ਬਟ ਜਿਹੜੇ ਬੰਦੇ ਹੁੰਦੇ ਨਾ ਕੰਮ ਕਰਨ ਵਾਲੇ ਉਹਨਾਂ ਨੂੰ ਔਖਾ ਲੱਗਦਾ ਹੈ ਨਾ, ਵੀ ਹਾਂ ਯਾਰ ਬੰਦੇ ਨੂੰ ਇਹਨਾਂ ਨੂੰ, ਕਿਉਂਕਿ ਇੱਕ ਲੈਵਲ ਹੁੰਦਾ ਹਰ ਬੰਦੇ ਦਾ ਹੈ ਨਾ, ਅਤੇ ਜਦੋਂ ਤਾਂ ਮੈਨੂੰ ਲੱਗਦਾ ਵੀ ਮੈਂ ਫਿਲਮ 'ਚ ਘੈਂਟ ਜਿਹਾ ਕਰੈਕਟਰ ਕਰ ਰਿਹਾ ਹੋਵਾਂ ਉਦੋਂ ਤਾਂ ਬੜੀ ਸੇਵਾ ਹੁੰਦੀ ਹੈ, ਜਦੋਂ ਛੋਟਾ ਮੋਟਾ ਕਰੈਕਟਰ ਹੋਵੇ ਸੇਵਾ ਉਦੋਂ ਵੀ ਹੁੰਦੀ ਹੈ, ਪਰ ਉਦੋਂ ਮੈਂ ਉਸ ਚੀਜ਼ਾਂ ਦੀ ਡਿਮਾਂਡ ਨਹੀਂ ਕਰ ਸਕਦਾ, ਅਤੇ ਘਰੇ ਰਹਿ ਕੇ ਮੈਂ ਓਨਾ ਕੁ ਕਰ ਲੈਂਦਾ ਜਿੰਨਾ ਕੁ ਮੈਨੂੰ ਪੁੱਗਦਾ ਹੈ ਨਾ। ਅਤੇ ਬਾਕੀ ਮੈਨੂੰ ਲੱਗਦਾ ਵੀ ਡਾਇਟ ਵਾਸਤੇ ਜੋ ਮੇਰਾ ਐਕਸਪੀਰੀਅੰਸ ਹੈ ਵੀ ਸਾਰੇ ਕਹਿੰਦੇ ਵੀ ਪ੍ਰੋਟੀਨ ਜ਼ਿਆਦਾ ਲੈਣਾ ਚਾਹੀਦਾ ਹੈ, ਜਾਂ ਡਾਇਟ ਵਾਸਤੇ ਅਲੱਗ 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 ਸ਼ਡਿਊਲ ਬਣਾ ਕੇ ਰੱਖਦੇ ਵੀ ਘੰਟੇ ਬਾਅਦ ਮੈਂ ਇਹ ਖਾਣਾ, 2 ਘੰਟੇ ਬਾਅਦ ਇਹ ਖਾਣਾ, ਅਤੇ ਮੈਨੂੰ ਇਹ ਲੱਗਦਾ ਵੀ ਜਿਹੜੀ ਚੀਜ਼ ਬਣੀ ਹੈ ਨਾ ਜਦੋਂ ਤੁਸੀਂ ਜ਼ਿਆਦਾ ਖਾਂਦੇ ਹੋ ਅਤੇ ਉਹ ਤੁਹਾਨੂੰ ਤੁਹਾਡੇ ਅੰਦਰ ਗੈਸ ਹੀ ਬਣਾਊਗੀ, ਤੇਜ਼ਾਬ ਹੀ ਬਣਾਊਗੀ। ਮੈਂ ਜੋ ਵੀ ਚੀਜ਼ ਖਾਣਾ ਉਹ ਥੋੜ੍ਹੀ ਖਾਂਦਾ, ਅਤੇ ਉਹ ਥੋੜ੍ਹੀ ਖਾਣ ਕਰਕੇ ਕੀ ਹੈ ਕਿ ਜਦੋਂ ਫਿਰ 2-3 ਘੰਟੇ ਬਾਅਦ ਫਿਰ ਕੋਈ ਨਾ ਕੋਈ ਚੀਜ਼ ਖਾ ਲਈਦੀ ਹੈ। ਹਾਂ ਉਹ ਜਿਹੜੇ ਚੱਲਦੇ ਆ ਐਕਟਰਾਂ ਦੇ ਕੋਰਨਫਲੇਕਸ ਹੈ ਨਾ, ਕੀ ਉਹ ਕੀ ਬੋਲਦੇ ਅੱਜ ਕੱਲ੍ਹ, ਓਟਸ ਇਹੋ ਜਿਹਾ, ਬਲੈਕ ਕੌਫੀ ਹੈ, ਇਹ ਚੀਜ਼ਾਂ ਇੱਥੇ ਜਦੋਂ ਐਕਟਰ ਬਣਨ ਲਈ ਆਇਆ ਜਿੰਨੇ ਜਗ੍ਹਾ ਦੁੱਧ ਹੀ ਬਣਿਆ ਰਿਹਾ ਉਦੋਂ ਨਹੀਂ ਗੱਲਾਂ ਪਤਾ ਸੀ, ਮੈਂ ਕਾਲਾ ਦੁੱਧ ਹੀ ਸੀ ਕਿਸੇ ਟਾਈਮ। ਹਾਂ ਅਤੇ ਜਦੋਂ ਐਕਟਰ ਬਣਿਆ ਤਾਂ ਉਦੋਂ ਬਾਅਦ ਇਹ ਗੱਲਾਂ ਪਤਾ ਲੱਗੀਆਂ ਕਿ ਬਲੈਕ ਕੌਫੀ, ਗ੍ਰੀਨ ਟੀ ਹੈ ਨਾ, ਓਟਸ, ਕੋਰਨਫਲੇਕਸ, ਹੋਰ ਵੀ ਬਹੁਤ ਚੀਜ਼ਾਂ ਨੇ ਲੈ ਲਈਦੀਆਂ, ਕੰਟੀਨਿਊਟੀ ਬਣ ਜਾਂਦੀ ਹੈ, ਕਈ ਉਹਦੇ ਵਿੱਚ ਕੰਟੀਨਿਊਟੀ ਟੁੱਟ ਜਾਂਦੀ ਹੈ, ਬਟ ਚੱਲੀ ਜਾਂਦਾ, ਮਤਲਬ ਐਵਰੇਜ ਹੈਗਾ। ਠੀਕ ਹੈ, ਨਹੀਂ ਫਿਟ ਫਿਟਨੈਸ ਤਾਂ ਹੈਗੀ ਤੁਹਾਡੀ ਅੱਛੀ ਲੱਗਦੀ, ਬਸ ਮੇਨ ਇਹ ਹੈ ਵੀ ਸਵੇਰੇ ਸਰੀਰ ਨੂੰ ਥੋੜ੍ਹਾ ਜਿਹਾ ਕਸ਼ਟ ਦਿਓ, ਉੱਠੋ ਬਾਹਰ ਜਾਓ, ਰਨਿੰਗ ਕਰਨ ਜਾਓ। ਰਨਿੰਗ ਮੈਂ ਡੇਲੀ ਕਰਦਾ, ਡੇਲੀ ਕਰਦਾ, ਹਨੇਰੀ ਤੂਫਾਨ ਝੱਖੜ ਮੀਂਹ ਜੋ ਮਰਜ਼ੀ ਆਵੇ, ਮੈਂ ਆਪਣਾ ਰਨਿੰਗ ਤਾਂ ਮੈਂ ਜਾਣਾ ਹੀ ਜਾਣਾ। ਅੱਛਾ, ਗੁਰਮੁਖ ਸਿੰਘ ਗਿੰਨੀ ਤੋਂ ਗਿੰਨੀ ਦੇ ਬਣਨ ਦਾ ਸਫ਼ਰ, ਜਾਂ ਕਹਿ ਲਓ ਇੱਕ ਬਹੁਤ ਵਧੀਆ ਐਕਟਰ ਬਣ ਗਏ ਤੁਸੀਂ, ਮੈਂ ਦੇਖਿਆ ਹੋਇਆ ਤੁਹਾਡੇ ਪਲੇ ਬਹੁਤ ਦੇਖੇ ਹੋਏ ਮੈਂ, ਅਤੇ ਉਸ ਤੋਂ ਬਾਅਦ ਇੱਕ ਬਿਹਤਰੀਨ ਸਿੰਗਰ ਬਣਨ ਦਾ ਸਫ਼ਰ, ਇਹ ਕਿੱਦਾਂ ਸਟਾਰਟ, ਜਰਨੀ ਕਿੱਦਾਂ ਸਟਾਰਟ ਹੋਈ? ਇਹ ਜਦੋਂ ਕਾਲਜ ਹੁੰਦਾ ਸੀਗਾ ਮੈਂ, ਵੈਸੇ ਮੇਰਾ ਨਾਮ ਗੁਰਮੁਖ ਹੀ ਹੈ, ਹੈ ਨਾ, ਗੁਰਮੁਖ ਹੀ ਹੈ ਮੇਰਾ ਨਾਮ, ਗੁਰਮੁਖ ਸਿੰਘ ਹੀ ਹੈ, ਗਿੰਨੀ ਜਿਹੜਾ ਬਾਅਦ 'ਚ ਵਿੱਚੋਂ ਲਗਾਇਆ। ਇਹ ਗਿੰਨੀ ਜਦੋਂ +2 ਤੱਕ ਤਾਂ ਨਾ ਮੇਰਾ ਘਰ ਦਾ ਨਾਂ ਸੀ ਕਾਲਾ। ਅੱਛਾ, ਅਤੇ ਮੈਂ ਦੱਸਿਆ ਨਾ ਮੈਂ ਦੁੱਧ ਦਾ ਕੰਮ ਮੈਂ ਕਰਦਾ ਹੁੰਦਾ ਸੀਗਾ, ਬਾਪੂ ਜੀ ਦੀ ਅੱਖ ਠੀਕ ਨਹੀਂ ਰਹਿੰਦੀ ਸੀ ਅਤੇ ਫਿਰ ਦੁੱਧ ਮੈਂ ਲੈ ਕੇ ਆਉਂਦਾ ਸੀ, ਸਾਡਾ ਜੱਦੀ ਪੁਸ਼ਤੀ ਦੁੱਧ ਦਾ ਕੰਮ ਸੀ। ਅੱਛਾ, ਅਤੇ ਉਦੋਂ ਮੈਨੂੰ ਕਾਲਾ ਕਹਿੰਦੇ ਸੀ, ਜਦੋਂ ਮੈਂ ਫਿਰ ਕਾਲਜ ਵੀ ਲੇਟ ਜਾਂਦਾ ਸੀ ਅਤੇ ਜਦੋਂ ਦੁੱਧ ਵੇਚ ਕੇ ਜਾਂਦਾ ਹੁੰਦਾ ਸੀ ਮੈਂ ਕਾਲਜ, ਅਤੇ ਕਾਲਜ ਵਿੱਚ ਜਦੋਂ ਗਿਆ ਤਾਂ ਫਿਰ ਮੇਰਾ ਦੋਸਤ ਕਹਿੰਦਾ ਯਾਰ ਵੀ ਕਾਲਾ ਜਿਹੜਾ ਨਾਂ ਨਾ ਬੜਾ ਅਜੀਬ ਜਿਹਾ ਲੱਗਦਾ, ਮੈਂ ਨਵਾਂ ਨਵਾਂ ਜਦੋਂ ਬੰਦਾ ਜਦੋਂ ਮੁੰਡੂ ਜਿਹੇ ਹੁੰਦੇ ਹਾਂ ਆਪਾਂ, ਚਾਹ ਹੁੰਦਾ ਵੀ ਸਾਨੂੰ ਵੀ ਸਾਰੇ ਦੇਖਣ, ਹੈ ਨਾ, ਅਤੇ ਫਿਰ ਕਾਲਾ ਜਿਹੜਾ ਨਾਂ, ਮੇਰੇ ਰੰਗ ਦਾ ਮੈਂ ਗੋਰਾ ਸੀ
तो फिर मैं चल गुरी ठीक है गुरमुख गुरी कहते नहीं यार गिन्नी ठीक है और मुँह चो निकलिया मेरे भरा दे मेरा मासी का मुंडा तो कुछ मेरे दोस्त ने और मेरे भरा ने सुजैसट किया मासी के बेटे ने उन्हें सुजैसट किया नाम गिन्नी तो वह भी नाल ही हों तो दोस्तों ने उन्हें हरी झंडी देती भी गुरमुख गिन्नी ठीक है भी गिन्नी क्या करेंगे मैं फिर कॉलेज के परफॉर्म कराया करना मैं देवी दे बहुत शेयर बोलता हूँ उन्होंने दिनों देवी मखसूसपुरी के मैं कॉलेज के उन्होंने देवी देवी कहने मैं शुरू करता पर नाल फिर कहते कि देवी तो फिर नाल हो गया भी गिन्नी है ना तो रिहर्सल जोड़ा अपना सफर इदा ही शुरू हो गया से भी नाटक के मैं जो यूथ फैसटिवल नाटक होंगे नाटकों के हिस्सा नहीं लै पाँगा पिछले कारण यह मेरा दुद्ध लैके आने का टाइम हो जाता से शाम को तुम पता रिहर्सल होंगी शाम को 4 बजे रिहर्सल जो आप ना करिए तो फिर नाटक के नहीं लेंगे तो स्किट मैं कर ली सी स्किट लिए टाइम मैं थोड़ा देना पाया स्किट की रिहर्सल होंगी सी घंटा अद्धा घंटा तो नाटक तुम्हें पता भी जब जो 2 बजे शुरू हो गए तो फिर रात 9 भी बज जाने 10 भी बज जाने यूथ फैसटिवल दिनों के दौरान तो करके फिर नाटक नहीं मैं कर सकया पर स्किट स्कुट कर ली सी तो स्किट माइम है ना तो स्किट के मैं बेस्ट एक्टर बन गया उतों फिर वो ट्रेनिंग जी लग गई है ना क्योंकि पंजाब यूनिवर्सिटी उन्होंने दिनों दौरान यूथ पंजाब यूनिवर्सिटी के यूथ फैसटिवल से बेस्ट एक्टर स्किट वाले भी मिलता सी पंजाब यूनिवर्सिटी अंदर तो नहीं मिलता बट पंजाब यूनिवर्सिटी के यूथ फैसटिवल वजह स्किटा के भी बेस्ट एक्टर क्ढे जाते उन्होंने दिनों दौरान तो बस वह भी ये लगा लो भी यूथ फैसटिवल मैं शायद बेस्ट एक्टर नहीं बनया मैं याद आ रहा वो मेरा दोस्त बनया से रमन ओके बट कॉलेज वाले ने जे कॉलेज की मंडीर है मुंडे कुड़ियाँ उन्होंने मैंने बनाता से कहने का मतलब चर्चा ज्यादा और अमन की भी चर्चा पूरी सी बट असं फेमस जो हो गए मैं देवी के शेयर बोलिया करने है ना तो फिर करके एक्टर एक्टर कह लग गए हाँ एक्टर एक्टर कह लग गए सारे हालांकि मैं रमन वधिया एक्टर मानता से उन्होंने दिनों दौरान तो रमन के ज़्यादा मैंने लगता भी एक्टिंग ज्यादा सी पर मैं तो उन्हें देखता हों पर एम ए थिएटर मैं कर गया ऐसा फिर कॉलेज के कपिल सर होंगे साढ़े एंग इंग्लिश के उन्होंने पता से एम ए थिएटर की डिग्री बारे उन्होंने सुजैसट की सारे रमन नू भी मैनू भी रविंदर मीत एक पत्रकार अच्कल दैनिक सवेरा का वो साढ़े नाल पढ़ मेरा क्लासमेट से भी तो उन्होंने सारे उस एम ए थिएटर करने लिए कहा गया साढ़े तिना की परफॉर्मेंस वधिया सी स्किट के तो रमन ने तो चल नाटक के भी काम किया अच्छा एक्टर से पर उन्होंने एम ए थिएटर के एडमिशन सिर्फ मेरी हुई अच्छा है ना फिर रविंदर ने एम ए जर्नलिज्म कर ली एम ए थिएटर रमन पंजाबी यूनिवर्सिटी पटियाला हाँ जी तो रमन शायद हाँ अजकल कनेडा अच्छा उन्हें कनेडा का राह फड़ लिया तो फिर ए करके शुरुआत बस कॉलेज तो हुई सी उस बाद एम ए थिएटर कर ली एम ए थिएटर कर ली तो उ भी यही चलता रहा भी ये पता ही नहीं कुछ ए फीलिंग जी लैके आए थे पूरे भी इतने तो अक्षय कुमार होनी होगा यूनिवर्सिटी अज दे विगन बैठा होगा सामने ही जाके बुला लूगा है ना हाउ हैंडसम गाय दिस इज ਐਂ ਲੰਘ ਲੂੰਗੇ ਐਮ ਏ ਥੀਏਟਰ ਵਾਲੇ ਵੀ 2 ਸਾਲ ਨਾਟਕ ਤਾਂ ਕੀਤੇ 2 ਨਾਟਕਾਂ ਦੇ ਵਿੱਚ ਮੈਨੂੰ ਵਧੀਆ ਕਰੈਕਟਰ ਮਿਲਿਆ ਕਿਉਂਕਿ ਐਮ ਏ ਥੀਏਟਰ ਦੌਰਾਨ ਜਿਹੜੀਆਂ ਪ੍ਰੋਡਕਸ਼ਨ ਬਹੁਤ ਵੱਡੀਆਂ ਹੁੰਦੀਆਂ ਨਾ ਪੈਸਾ ਚੰਗਾ ਲਾਉਂਦੇ ਆ ਯੂਨੀਵਰਸਿਟੀ ਵਾਲੇ ਮੈਂ ਗਵਾਹ ਹੈਗਾ ਮੈਂ ਤੁਹਾਡਾ ਪਲੇ ਦੇਖਿਆ ਸੀ ਹਾਂਜੀ ਹਾਂਜੀ ਤੇ ਉਹ ਲੋਕ ਜੁੜ ਕੇ ਰਹਿ ਗਏ ਹਾਂ ਉਹ ਜਨਲੀ ਕੇਵਲ ਧਾਲੀਵਾਲ ਜੀ ਉਹ ਕਿੰਗਲੀਅਰ ਕਿੰਗਲੀਅਰ ਯਾਰ ਹਾਂ ਮਤਲਬ ਮੈਂ ਦੇਖ ਕੇ ਹੈਰਾਨ ਹੋ ਗਿਆ ਸੀ ਕਿਹਾ ਕਿ ਬਹੁਤ ਕਮਾਲ ਦੀ ਐਕਟਿੰਗ ਸੀ ਯਾਰ ਗਿੰਨੀ ਮੈਂ ਸੱਚੀ ਉਸ ਦਿਨ ਫੈਨ ਹੋ ਗਿਆ ਤੁਹਾਡਾ ਚਲੋ ਤੇ ਬਸ ਉਹ ਹੁੰਦੇ ਰਹੇ ਉਦੋਂ ਬਾਅਦ ਇੱਥੇ ਚੰਡੀਗੜ੍ਹ ਬੰਬੇ ਵੀ ਚਲਾ ਗਿਆ ਮੈਂ ਬੰਬੇ ਵੀ ਆਹ ਕ੍ਰਾਈਮ ਪੈਟਰੋਲ ਸਾਵਧਾਨ ਇੰਡੀਆ ਇਹ ਸਾਰੇ ਨੇ ਮੇਨ ਲੀਡ ਤੇ ਕੀਤੇ ਆ ਅੱਛਾ ਫਿਰ ਫਿਲਮਾਂ ਵਾਲਾ ਕੰਮ ਸ਼ੁਰੂ ਹੋ ਗਿਆ ਇੱਥੋਂ ਚੰਨਾ ਮੇਰਿਆ ਸਰਦਾਰ ਜੀਟੂ ਖਿੱਦੋ ਖੁੰਡੀ ਤੂਫਾਨ ਸਿੰਘ ਹੁਣ ਜੇ ਮੈਂ ਇੱਕ ਤਰਤੀਬ ਵਾਰ ਦੱਸਾਂ ਤਾਂ ਫਿਰ ਬਹੁਤ ਲੰਬੀ ਗੱਲ ਚਲੀ ਜਾਣੀ ਹੈ ਇਹੀ ਹੈ ਵੀ ਐਮ ਏ ਥੀਏਟਰ ਕੀਤੀ ਇੱਥੇ ਆਏ ਇੱਥੇ ਵੀ ਨਾਟਕ ਕੀਤੇ ਠੀਕ ਹੈ ਬੰਬੇ ਚਲੇ ਗਏ ਇਹ ਸਾਰਾ ਜਿਹੜਾ ਐਕਸਪੀਰੀਅੰਸ ਸੀ ਐਕਸਪੀਰੀਅੰਸ ਸਾਰਾ ਥੋਟ ਜਿਹੜਾ ਥੋਟ ਪ੍ਰੋਸੈਸ ਸੀ ਐਕਟਰ ਵਾਲਾ ਉਹ ਫਿਲਮਾਂ 'ਚ ਲਿਆਇਆ ਫਿਲਮਾਂ ਤੋਂ ਗਾਣਿਆਂ 'ਚ ਆ ਗਏ ਐਜ਼ ਏ ਮਾਡਲ ਵੀ ਮੇਰਾ ਗਾਣਾ ਸਭ ਤੋਂ ਪਹਿਲਾਂ ਆਇਆ ਸੀ ਰਵਿੰਦਰ ਗਰੇਵਾਲ ਭਾਜੀ ਦਾ ਕੱਲੀ ਨੂੰ ਮਿਲ ਮਿੱਤਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ 'ਤੇ ਖੜ ਗਈ ਉਹ ਗਾਣਾ ਬਹੁਤ ਹਿੱਟ ਹੋਇਆ ਸੀ ਉਹਦੇ 'ਚ ਮੈਂ ਮਾਡਲ ਸੀ अच्छा तो काफ़ी हिट होया सी गाना जिथे भी जाया करना लोगों ने पहचान लिया करना उदो पैसे नहीं होंगे ही जेब बसते होना बस से पहचान लिया करना ट्रेन पर जाना ट्रेन पर पहचान लिया करना दिन वधिया सी वो भी तो फिर हौली 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 बस समा लंघता गया फिल्म आउंदियां गई फिर आपदे गाने की वारी आ गई वाइट हिल म्यूजिक गुणवीर भाजी ने बहुत साथ दिता उन्होंने
मेरे दो तीन गाने किए तो हूँ बस जो तो बजट मिल जाता गाने बना लेना कंपनियां उन्होंने सुना देना ठीक है ये फायदा यही होया एक्सपीरियंस का ही फायदा होया कि गाने किमें भी वो एक तो फिल्मों के आया कुछ लोगों जान पहचान है तो फिर वो एज एन एक्टर जो रिस्पैक्ट करते तो फिर गाने भी नाल कर देंगे भी हाँ ठीक गा लेना तू हमने तो हजे तक तो एक ही गाना मेरा ज़्यादा पसंद किया गया पागल इंसान हाँ उस बाद मेरे तीन गाने होर आ गए पसंद नहीं हुए एवं झूठ मारा भी एवं बहुत हिट हो गए फ्लॉप ने पर हम अगे जाके आप हिट करा मैं देख लो पहला गाना ठीक सी हिट सी वो गाने की वीडियो इन्नी हिट सी क्योंकि एज एन एक्टर पागल की एक्टिंग से ना तो काफ़ी पसंद की गई वो मैं लगता हिंदुस्तान दी जिन्नी लैंग्वेजेस ने चाहे वह हरियाणवी हो चाहे हिंदी हो चाहे वह साउथ की हो ठीक है वो सारिया भाषावान तो गाना एज एन एक्टर किसी ना किसी ने एडिट करके लगाया हुआ है हाँ तो हरेक हरेक वीडियो की मिलियन के व्यूज ने हरेक स्टेट के है ना हरेक स्टेट के और मिलियन के व्यूज ने उस वीडियो के गाना बहुत पसंद किया फिर मेरा अफसाना खान नाल भी गाना आया तितलियां आने तो पहला फ्रॉड है ना वो नहीं चलिया सुने नहीं किसी ने तो फिर हाँ ना का जवाब आया एक वाइट हिल वालों वह भी नहीं सुनिया किसी ने हूँ एक सहेली आया सी वह भी नहीं सुनिया किसी ने हम होर आ रहे हैं तो मैं तद तक गाने करी जाने एज एन एक्टर तो मेरी सपोर्टिंग फिल्म आ ही रही हैं पर जो मैं गा लेना तो मेरा कोलों कुछ नहीं लग रहा मेरा एक्सपीरियंस जोड़ा है कंपनी वाले नाल मेरा जो राबता आ वह मैनू अगर गाने करन लई कि दिक्कत नहीं आ रही तो मैं गाने तद तक करता रहांगा जब तक तुसी पसंद नहीं करोगे रियाज बिल्कुल मैं करना हूँ तो मेरा गला काफ़ी दिन तो खराब है जिदे करके मैं ओम नहीं सा नहीं लगाया हाँ सरगमा मैं लाना ठीक है जोड़ा एक एक रूटीन जोड़ा बेसिक रियाज है ना वो अपने एज एन एक्टर भी रियाज हो जाता आवाज़ का तो गाने का भी हो जाता है तो गाना मैं उन्ना कि जिन्ना कि मैं गा लेना अब दायरे चो बाहर नहीं जाता भी एवं फालतू गरारियाँ मारी जावा ना वजनी है सिंपल सिंपल जहाँ मिठा मिठा गा ली है कि पागल इंसान कहती मैनू बाकी जड़े जानते उन्होंने पता है भी कि जो गल हैगी सीधी कह दिता तो बाकी हम तुम यार तीन गाने मेरे नहीं चलान चलन दते अगला गाँव आ रहा तो मैं पहला भी कहा भी तद तक करता रहूँगा जब तक पसंद नहीं करते मेरे नज़र तुम बहुत वधिया मैं थोड़ा एज एन एक्टर मैं थोड़ा एक फैन हाँ चलो शुक्रिया शुक्रिया कुछ भी मैं थोड़ा लाइव भी देखा भी चांदनी सीरियल अभी किया हाँ हाँ वो तो मैं थोड़ा देखता हूँ कि यार बंदा कि कर लगा हूँ तो कह रहे ना काम मैं भूल जाता हरविंदर जी मैं इन्ना कुछ ज़्यादा काम कर लिया मैं टच वुड मैं वो नहीं कहता कई बार कई हास्य का पात्र भी बन जाता होगा जेडे मेरे तो ज़्यादा हिट हो गए जेडे मेरे बहुत टाइम तो मैंने देखते आ रहे हैं भी कोई अजिहा काम नहीं जरा जोड़ा मैं हूँ मैं जी आई जी है मैं बोल रहा दास बोलना जरूर जरूर क्योंकि मैंने दास बोलने की बहुत आदत है तो मेरा नाम गुरमुख सिंह नहीं गुरमुख दास है मेरे पापा ने मेरा नाम गुरमुख दास रखा सी तो करके मेरे मजब दास ही निकलता है ना तो पहला मैंने दास बोलन लग्या बड़ा वो हरक चढ़ता हों मेरा नाम गुरमुख दास गुरमुख सिंह जगदा यार गुरमुख सिंह एक रौब जहा पैंदा पर हुण मैनू शर्म नहीं आती गुरमुख दास मैनू बड़ा प्यारा लगता गुरमुख दास ते भी हुण भी गाने च मॉडल भी आ गया मैं है ना वधिया गाने किते एज ए मॉडल सीरीयल दे विच भी आ गया मेन लीड ते हिंदी दे विच होण चाहे पंजाबी दे विच होण है ना तो कलश का सीरीयल भी किया मैं ससुराल सिमर का वो थोड़े एपीसोड सके बट एपीसोड सावधान क्राइम पेट्रोल के मैं मेन लीड पर आ गया तो वो भी हिंदी भाषा में उसमें ऐसे नहीं होगा कि मतलब बंदा पंजाबी बोल रहा है ना महसूस नहीं होगा आपको मतलब तैयारी नाल हिंदी के नाटक भी कर ले ठीक है पंजाबी फिल्मों भी कर लिया एज ए सिंगर भी आ गया तो कई कुछ ही आ गया कई बार मैं तो याद करना पैंता भी उस टाइम मैं किया फिर भी जिन्हें लोग मेरे नाल जुड़े हुए ने उन्होंने पता है जिवें तुसीं कहा तुसीं तारीफ की मेरी कि तारीफ हर किसी नूं चंगी लगती है ठीक है तो तुसीं कीती कि एज एन एक्टर मेरा पहला जिहड़ा प्यार वो एक्टिंग ही है तो तुसीं कहा कि एक्टर बहुत अच्छा है यार तू तो मैनूं चंगा लगता तो हजे मैं चंगी एक्टिंग करनी है हजे मैं वो एक्टिंग की नहीं जी हजे आई नहीं वो कहते हैं ना हम कहावत होंगे आपदे अपने मोटीवेशन देने के लिए मैं हमेशा कहना कि हजे मैं चंगा गाना भी गाना है तो चंगी एक्टिंग भी हजे आनी है तो आती रहेगी तो अभी उस दिन का इंतजार करा कि जिस दिन मैं स्क्रीन पर देखा एज हीरो बिल्कुल हम डाकू एक्टर मैं देखना चाहता हम डाकू का मुंडा टू आ रही है
और देखते हैं हम भी वो तो की निकल के आंदा है, क्योंकि जब तक फिल्म रिलीज नहीं होंगी तब तक तुम कुछ नहीं कह सकते कि तुहाडा की निकलेगा, है ना। शायद तुम्हें याद हो मेरा भी अपना कट्ठे हाँ तुहाडा भी है ना, यह भी है वो टीचर बने हो तुम, है ना। आप खुद अच्छे एक्टर ने, एक्टर ही एंकर बन सकते हैं, मैं अच एंकर भी रहे हैं। फिर ATC का दिल खोल के बोल, टाइम TV का फोन का फंडा, है ना, होर अनेक शो। वाइट हिल ने भी मैंने आपका एंकर बनाया, ऐदा ही मैं इंटरव्यू कर जाता सी, तो जिमें इन्ने तगड़े कलाकार इंटरव्यू कर रहे हैं, इदा ही मैं तगड़े कलाकार इंटरव्यू कर जाता हों। इंस्पिरेशन कितों मिलती है एज एन एक्टर होवे जां एज एन सिंगर होवे? जो मैं कोई करैक्टर स्क्रिप्ट पढ़ता हाँ तो मैं उन्होंने करैक्टर के किदा जाता, जब मैं कोई लिरिक्स पढ़ता सोंग के तो मैं उन्होंने फील किदा कर लैंदा, कोई इंस्पिरेशन किदा कोई? मैं लगता भी सारी ना ज़्यादा एक्टर का पढ़ना बहुत जरूरी है, जिन्नी वो रीडिंग करेगा ना उन्ना ज़्यादा उन्होंने चीज़ों आसानी होंगी है चीज़ों ग्रैप करने के लिए। तो एक्टर पढ़ता रहे ना तो एक समझ ही है, हम कुछ भी लाइन लिखी है ना, एक एक्टर ने तैयार करना होंगे आपके आप को, मेरे सामने आ लाइन लिखी है जा लाइन, आप ऑडिशन तो जाने लाइन मिल जाए, आप छे लाइन मिल गई, टाइम अपने को 15-20 मिनट है, है ना। ओबियसली उत्थे डिस्क्रिप्शन लिखी होंगी कि तुहाडी उम्र इन्नी है, है ना। उत्थे सिर्फ ये लिखी होगी कि एक फलाना फलाना मुंडा है, उसकी इन्नी उम्र है, और चार्मिंग है, क्यूट है या नहीं है, सुभा का इदा है, है ना। तो चीज़ा वो तुम ताँ ही समझ पाओगे जो तुम उन्नी गहराई के ताँ ही जा पाओगे जो तुम अलग अलग चीज़ा पढ़िया हो, अलग अलग चीज़ा ऑबजर्व कितिया हो। मेरे को आए मैं तुम्हें ऑबजर्व करता सोसायटी के, मैं अनेक लोग ऑबजर्व करता रहना, अनेक मुंडे आपकी उम्र के मुंडे ऑबजर्व करता रहना, है ना। भी एना इन्ना सुभा परमात्मा ने हर किसी एको जी दिमाग बख्शे, उन्होंने तुम लाने के पास है दिमाग, अपना हमेशा दोधारी तलवार है, दोवें पास जाता पॉजिटिव भी नैगेटिव भी। तो पॉजिटिव वाले पास लैके जाऊँगे पॉजिटिव हो जाऊगा, नैगेटिव वाले पास लैके जाऊँगा नैगेटिव हो जाऊगा। कई बार हो जाता है इन्ना काम करने तो बाद भी यार मैं इन्ना ज़्यादा पॉपुलर क्यों नहीं होया, मैं बाकी नाल कंपैरिजन तुम मारद असल के जो तुम कंपैरिजन से पै जाने ना भी यार वो फलाना मेरे नाल वाला तो वह कर लग गया, तो नाल भी है ना कि कई तेरे नाल वाले तेरे तो भी निके नहीं कम कर रहे होंगे करे हो पॉजिटिव नैगेटिव आसपैक्ट ने। तो इन्ना ये समझ ही जोड़े बंद जी तुम गल पूछी भी किमें करैक्टर किमें फड़ते हो, मैं तो इदा ही करता हूँ भी वो करैक्टर जो उम्र जो घट भी लिखे ना करैक्टर बारे तो उत्थे उम्र लिखी है 26 साल, वो तुसी आपका उत्थे करना है ना उस ऑडिशन उस 6 लाइनों तुसी किमें बोलना, तुसी करैक्टर आपके तरीके फड़ना है। उन्होंने लिखता भी वह क्यूट है, वह 26 साल है जो वह गुस्से वाला है कुछ भी है वट एवर, वो क्वालिटी लिखती उन्होंने तुम किमें करते हो सोसायटी कौन सा करैक्टर चकते हो, आपके अकॉर्डिंग की तैयार करते हो, वो तुहाडे उपर डिपेंड करता है जो तुम उत्थे पेश करोगे। आपके जेस्चर पोस्चर नाल एंड दो चीज़ा होंगे थिएटर वालों सिखाया गया, इंटरनल एड्स एक्सटरनल एड्स, वो तुम किमें करते हो। हर कोई बंदा आपके तरीके एक्टिंग करता है, ठीक है, यही नहीं कह सकते कि मेरे नाल वाले जिवें अपन मेरे नाल मेरे जिहड़े समकाली ने बुलट होनी मिंटू कापे होनी भी वो इदा एक्टिंग करते हैं। हर किसी का आपका स्टाइल है, मेरा आपका स्टाइल है, मैं हर किसी का दिमाग सारा एको जहा दिता है, वो सोचने का तरीका भी कितना कि एक्टिंग लैके अलग भी हो सकता एक भी हो सकता, क्योंकि सरताज उन्होंने एक बड़ी सोहनी गल बोली सी कि किसी ने पूछा जिवें भी एक्टिंग किवें है, भी एक्टिंग करनी सौखी है कि औखी, कहिंदे वो कहिंदे भी एक्टिंग बहुत सौखी है, नाल दी नाल दूजे पालो बोले भी एक्टिंग बहुत औखी है। अच्छा तो सारी समझ के उपर ही है ना, हर बंदे दा किवें किन्ना क ऑबजर्व करते हैं आपां ते किवें पेश करना उवें पसंद कर लिता जाता, उवें फिर तुहानू दर्शक पसंद कर लेंदे भी यार इस तरीके नाल बोलदा है। अच्छा ते वो पसंद किया जाता फिर तुहाडे लई करैक्टर लिखा जाता है ना, ऐं हुंदा स्टाइल हुंदा हर बंदे दा एक्टिंग करन दा। उस तों बाद फिर तुहाडे लई स्क्रिप्ट लिखी जाती है भी आ उही करूगा, आपां किवें कह दिंदे आ जो कोई स्क्रिप्ट राइटर किमें कह दिता, कोई डायरैक्टर या प्रोड्यूसर किमें कह दिता भी आह करैक्टर वो लिखा गया, क्योंकि हर किसी का स्टाइल ऑफ एक्टिंग आपके थॉट प्रोसैस के हिसाब न है ना। अच्छा कि फेवरेट इंस्ट्रूमेंट कि क्योंकि मैं ज्यादातर गिटार से देखा गिटार तो मैं बस प्ले करने जाते होंगे सी वो गिटार ना मैं गिटार मैं तां रखी सी क्योंकि कुड़ियां बहुत इंप्रेस होंदियां सी गिटार तो जब मैं मतलब बहुत सोहना सुन रखा जाता है ना क्यूट जो मुंडू जहा वो तो मैंने किसी ने वहम पाता भी गिटार से जब आप फोटो खिंचवाओगे तो लड़कियाँ इंप्रेस होती हैं, वो गिटार आम ढंग लगा नहीं मजानी मजानी मैंने वेख यही तो एक्टिंग है लग गया ना जिम्मे मैंने मजानी आँगी गिटार गिटार मैं प्ले कर लेना
वो कोड वगैरह थोड़े बहुत एवं बस थोड़ा कोड है ना, कोडिंग की थोड़ी बहुत पता होंगी है। मैंने तो गिटार की जी भी नहीं पता असल पर मैं इंटरप्रेट इदा करता सी कि जिन्हें बस मेरे तो वधिया गिटारिस्ट ही है नहीं। हाँ हारमोनीयम थोड़ा बहुत बजा लेना मैं। अच्छा है ना, रियाज करने लई। हाँ गिटार फोटो लई ते हारमोनीयम रियाज लई। अच्छा एक चीज़ मैनू तो अपनी लगती कि यह चीज़ा चेंज होनी चाहिए पंजाबी इंडस्ट्री के, थोड़ी कि गल्लां कि जो लगता कि पंजाबी इंडस्ट्री भी चेंज होनी चाहिए। सब तो पहला तो उन्होंने मेरे से ध्यान देना चाहिए भी एक एक्टर है वह गिनी है। देखो जो मैं आपके आप बारे सोचूंगा तो बाकियों बारे सोच पाऊँगा। तो पंजाबी इंडस्ट्री ने इस टाइम एज एन एक्टर मेरे से ध्यान देने की बहुत लड़ है कि बंदे तो जो जो मर्जी करैक्टर करा लो। मैं हिंदी भी बोल सकता हूँ, आप बस करैक्टर दीजिएगा। हाँ। मैं हिंदी को बोली जाना पंजाबी काम करना है ना। ये पंजाबी इंडस्ट्री बहुत बड़े चेंज की लड़ है। चलो मेरे ते भी तो मेरे वर्गे होर बहुत आर्टिस्ट ने थिएटर के है ना, तो चलो मैं तो फिल्मों के काम कर लिया, कई अजिहे आर्टिस्ट ने प्रभावित हाँ। हालांकि बंद प्रभावित नहीं होना चाहिए किसी तो, कहने का मतलब पसंद करता एज एन एक्टर बहुत थिएटर के। एक तो सामने भी उदाहरण बैठे ने, बहुत अच्छे एक्टर ने। इस अलावा होर भी मेरे बहुत दोस्त ने, जो मैं एक नाम लेना जावा जिन्होंने मैं बहुत पसंद करदा, तो इंडस्ट्री में उन्होंने आर्टिस्टों का भी ध्यान देने की लड़ है। अपकमिंग प्रोजेक्ट्स ਤੁਹਾਡੇ ਕਿਹੜੇ-ਕਿਹੜੇ ਆ ਜਿਹੜੇ ਤੁਸੀਂ ਕਰ ਰਹੇ ਹੋ? ਓਟੀਟੀ ਲਈ ਆ ਰਹੇ ਨੇ ਤਿੰਨ ਚਾਰ ਦੋ ਤਿੰਨ ਪ੍ਰੋਜੈਕਟ ਤਾਂ, ਅਤੇ ਇੱਕ ਦੇ ਵਿੱਚ ਤਾਂ ਨਾਮ ਨਹੀਂ ਹਜੇ ਫਾਈਨਲ ਹੈਗਾ, ਬਟ ਫਿਲਮ ਹੈਗੀ ਡਾਕੂ ਦਾ ਮੁੰਡਾ 2, ਅਤੇ ਉਹਦੀ ਰਿਲੀਜ਼ ਡੇਟ ਤਾਂ ਆ ਗਈ ਹੁਣ, ਲੱਗਦਾ ਨਹੀਂ ਕਿ ਰਿਲੀਜ਼ ਹੋ ਗਈ ਉਹਨਾਂ। ਹਾਂ ਜੁਲਾਈ ਦੇ ਵਿੱਚ ਹੈਗੀ ਰਿਲੀਜ਼ ਡੇਟ, ਅਤੇ ਪਤਾ ਨਹੀਂ ਹੁਣ ਉਦੋਂ ਤੱਕ ਜੇ हमारे श्री प्रधानमंत्री श्री नरेंद्र मोदी जी और ये जो कोरोना है इन्होंने दोनों ने मिलकर इजाज़त दी तो फिर वो पक्का रिलीज़ होगी। तो गाने भी आ रहे ठीक है। तो हूँ मैं दिल तो मेरा करता मैं गावा, पर मैं सच्ची गले नूं आराम भी लोड़ है। मैं डबिंग भी करनी है, एक अंग्रेजी फिल्म की डबिंग भी कर रहा मैं पंजाबी दे विच ठीक है, तो वह मेन करैक्टर कर रहा ठीक है। हॉलीवुड का बहुत ही ब्रैड पिट ही हो ब्रैड पिट। हाँ उन्होंने आवाज़ दे रहा मैं, देखो तुम आने टाइम चो कि चल रही है मैं दसागा। अच्छा कि रूल बुक ऑफ योर लाइफ, रूल बुक की है मतलब जिदा किस डिसिप्लिन पंचुअलिटी इदा? हाँ रूल बुक ही है। नहीं तो की है मतलब इदा का कुछ डिसिप्लिन दे विच नहीं रहना, केयरलैस ठीक है। जो मैं कहते भी है लोग कि तू केयरलैस है, डिसिप्लिन च नहीं रहा, बहुत ज़्यादा बोलदा है ठीक है, कितने भी कुछ भी बोल देना। तो मैं लगता मैं जो चुप रहना तो उदास हो जाना ठीक है, तो मैं चुप नहीं रहना चाहता। दोस्तों के बस ज़्यादा बोलदा वो तो ए नहीं, मतलब हर जगह बोलना, कहने का मतलब जो मन चाहता मैं कह देना, मैं नहीं देखना भी यह किसी बड़ी कंपनी का मालिक है, जो कह दिना भी एक अहदा जरा हों, मैं किसी का अहदा कोई बहुता प्रभावित नहीं करता है ना, भी फलाने अहदे पर बैठा तो इन्हें ए नहीं बोलना भी जो मेरे मन चाह नहीं है। हाँ ओबियसली रिस्पैक्ट ना ही तुम कह के ही बोलना, यही नहीं कि तू तड़ाक करना, कहने का मतलब जो मेरे मन च गल आ गई वो मैं कह देनी है। अच्छा ठीक है। कई बार ये गल हाँ कई बार ये गल भी हो जाए कि डिसिप्लिन च नहीं रहा, नहीं रहा जाता यार बन के नहीं रहा जाता ठीक, क्योंकि यह भी गल है कि वो अंदर अजे बहुत कुछ है। बंदा माल गड्डी के डब्बे तरह होंगे, जेड़े खड़का करते हैं किनारे का खड़का ही करते हैं कि वो कहते होंगे ना, भी नरेंद्र सिंह कपूर की गल याद आ गई एक कि बंदा ना माल गड्डी डब्बे तरह होंगे भी जोड़े तो भरे हुए होंगे वो चुप चाप लंघ जाते, तो जोड़े मेरे वर्ग के खाली होंगे खड़का करते रहेंगे, तो हजे मैं खाली हाँ खड़का ही करी है ना, तो अंदर बहुत कुछ है तो करके खड़का करदा भी ये समझ आ जाए लोगों को, जो तुम फिल्म इंडस्ट्री में समझने की बहुत लड़ है। ये खड़का तो करता क्योंकि अंदर बखलाया पै बाहर क्ढन उदू बाद चुप कर जूंगा जो समझ आ गया लोगों। हाँ फिर मेरी चुप भी पैसे बटा करो। गप राउंड हों गप सुनानी फिर कोई वधिया जी गप जिस हासा आ जाए यार, हासा वैसे तो कमेडी तो बहुत कर दी हूँ तक 15-20 मिनट जी बहुत कमेडी हो गई, एक गप राउंड कटो रिलीज बैच कोई यहोजी गप सुनाओ। गप अज सवेरे मैं दीपिका पादुकोण का फोन आया, कहते मैं तेरे नाल विआह करवाना है। मैं कहा तेरा विआह रणवीर सिंह नाल होया? अच्छा। तो फिर कहती अच्छा होया, कहती मैं जो तेन देख दी भुल ही जानी कि मैं विआही हाँ। ठीक है यार गुड गुड।
ਬਸ ਅੱਗੇ ਤੇ ਹੋਰ ਗੱਪ ਐਦੋਂ ਵੱਡੀ ਗੱਪ ਕੀ ਹੋ ਸਕਦੀ ਹੈ ਠੀਕ ਹੈ ਠੀਕ ਹੈ ਹੋਰ ਗੱਪ ਮਾਰਾਂ ਹਾਂ ਹਾਂ ਹੈ ਹੋਣ ਦੋ ਮੇਰੇ ਮੈਂ ਨਾ ਮੈਂ ਆਪਦੇ ਆਪ ਨੂੰ ਖੁਸ਼ ਕਰਨ ਲਈ ਪਤਾ ਕੀ ਕਰਦਾ ਹਾਂ ਜਦੋਂ ਪਿਆ ਹੁਣ ਇਹ ਗੱਪ ਨਹੀਂ ਹੈਗਾ ਵੈਸੇ ਇਹ ਕਿ ਮਤਲਬ ਖਿਆਲੀ ਦੁਨੀਆ ਹੈ ਨਾ ਗੱਪੀ ਦੁਨੀਆ 'ਚ ਰਹਿੰਦਾ ਮੈਂ ਜ਼ਿਆਦਾ ਮੈਂ ਹਮੇਸ਼ਾ ਇਹ ਸੋਚਦਾ ਹੁੰਦਾ ਮੈਨੂੰ 500-700 crore ਰੁਪਇਆ ਮਿਲ ਗਿਆ ਅੱਛਾ ਰਾਹ 'ਚ ਜਾਂਦੇ ਫਿਰ 700 crore ਨੂੰ ਮੈਂ ਡਿਵਾਈਡ ਕਰਦਾ ਹੈ ਨਾ ਵੀ ਇੰਨੇ ਕਿ ਮੈਂ ਫਿਲਮਾਂ 'ਤੇ ਲਾ ਦੂੰਗਾ ਇੰਨੇ ਕੋਠੀ ਪਾ ਲੂੰਗਾ ਵੀ ਉਹ ਹੁਣ ਸਾਰੇ ਕੈਸ਼ ਜੇ ਬੈਂਕ 'ਚ ਰੱਖੇ ਤਾਂ ਫਿਰ ਮੋਦੀ ਜੀ ਕਾਬੂ ਕਰ ਲੈਣਗੇ ਅੱਛਾ ਕੀ ਹੈਗਾ ਫਟਾਫਟ ਰਾਊਂਡ ਸਾਡਾ ਫਟਾਫਟ ਆਨਸਰ ਦੇਣਾ ਤੁਸੀਂ ਇਹਦਾ ਕੁਇਕ ਫੇਵਰਟ ਐਕਟਰ ਜਿਮੀ ਸ਼ਰਗਿੱਲ ਹਾਂ ਫੇਵਰਟ 뮤직 ਡਾਇਰੈਕਟਰ ਮਿਕਸਿੰਗ ਅੱਜ ਦੁਨੀਆ ਦਾ ਮਿਕਸਿੰਗ ਅੱਛਾ ਅੱਜ ਪੰਜਾਬੀ ਗਾਣੇ ਚੱਲ ਰਹੇ ਨਾ ਤੇ ਬਾਕੀ ਤਾਂ ਯਾਰ ਬਹੁਤ ਹੁੰਦੇ ਆ ਤੁਸੀਂ ਫਟਾਫਟ ਦੇ ਵਿੱਚ ਤਾਂ ਪਤਾ ਕੀ ਹੈ ਹੁਣ ਹਿੰਦੁਸਤਾਨ 125 crore ਆਬਾਦੀ ਹੈ ਇੰਨੇ ਆਰਟਿਸਟ ਨੇ ਤੁਸੀਂ ਕਿਸੇ ਇੱਕ ਨੂੰ ਮੰਨਦੇ ਕਿ ਇੱਕ ਨੂੰ ਤੁਸੀਂ ਪਸੰਦ ਕਰ ਸਕਦੇ ਹੋ ਪਰ ਮੈਨੂੰ ਲੱਗਦਾ ਵੀ ਜੋ ਚੰਗਾ ਕੰਮ ਕਰਦਾ ਹਰੇਕ ਨੂੰ ਆਪਣਾ ਪਸੰਦ ਕਰਨਾ ਚਾਹੀਦਾ ਫੇਵਰਟ ਹੀਰੋਇਨ ਕਿਹੜੀ ਹੈ ਤੁਹਾਡੀ ਸਰਗੁਣ ਮਹਿਤਾ ਪੰਜਾਬੀ ਸਿਨੇਮੇ 'ਚ ਹੀ ਰਹਾਂਗੇ ਹਾਂ ਬਿਲਕੁਲ ਬਿਲਕੁਲ ਪੰਜਾਬੀ ਸਿਨੇਮੇ ਤੋਂ ਬਾਹਰ ਨਹੀਂ ਜਾਂਦੇ ਫਿਰ ਉਹ ਬਾਅਦ 'ਚੋਂ ਜਾਵਾਂਗੇ ਜਦੋਂ ਮੈਂ ਚੁੱਪ ਕਰ ਗਿਆ ਠੀਕ ਫੇਵਰੇਟ ਮੂਵੀ ਚੰਨਾ ਮੇਰਿਆ ਉਹ ਤਾਂ ਹੈਗੀ ਆ ਬਹੁਤ ਅੱਛੀ ਐਕਟਿੰਗ ਕੀਤੀ ਸੀ ਮੇਰੇ ਭਰਾ ਨੇ ਚੰਨਾ ਮੇਰਿਆ ਦੇ ਵਿੱਚ ਮੈਂ ਵੀ ਡਬਿੰਗ ਕੀਤੀ ਸੀ ਚੰਨਾ ਮੇਰਿਆ ਦੇ ਵਿੱਚ ਅੱਛਾ ਸੀਮੋ ਸਟੂਡੀਓ 'ਚ ਹਾਂ ਅੱਛਾ ਦੌਰ ਕਿਹੜਾ ਵਧੀਆ ਲੱਗਦਾ ਚਿੱਠੀਆਂ ਦਾ ਦੌਰ ਵਧੀਆ ਲੱਗਦਾ ਸੀ ਜਾਂ ਇੰਟਰਨੈਟ ਦਾ ਦੌਰ ਵਧੀਆ ਲੱਗਦਾ ਓਬਵੀਅਸਲੀ ਚਿੱਠੀਆਂ ਦਾ ਵਧੀਆ ਸੀ ਪਰ ਹੁਣ ਇਹਨੂੰ ਵੀ ਅਣਗੋਲਿਆ ਨਹੀਂ ਕਰ ਸਕਦੇ ਵੀ ਹੁਣ ਸਮਾਂ ਬਦਲ ਗਿਆ ਹੁਣ ਚਿੱਠੀਆਂ ਵੱਲ ਤਾਂ ਜਾ ਤਾਂ ਸਕਦੇ ਨਹੀਂਗੇ ਤੇ ਉਹ ਉਸ ਚੀਜ਼ ਬਾਰੇ ਵਾਰੇ ਸੋਚ ਕੇ ਫਾਇਦਾ ਕੀ ਸੋਚ ਕੇ ਆਪਦੇ ਆਪ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਤਾਂ ਚੰਗਾ ਇਹੀ ਹੈ ਕਿ ਇੰਟਰਨੈਟ ਦੇ ਵਿੱਚ ਆਪਦੇ ਆਪ ਨੂੰ ਆਪਾਂ ਢਾਲ ਲਈਏ ਫੇਵਰੇਟ ਵਿਲਨ ਪੰਜਾਬੀ ਦੇ ਵਿੱਚ ਦੱਸਾਂ ਹੁਣ ਪੰਜਾਬੀ 'ਚ ਵਿਲਨ ਹਜੇ ਆਉਣੀ ਹੈ ਫਿਲਮ ਕਿਆ ਬਾਤ ਹੈ ਗੁੱਡ ਗੁਰਮੁਖਿਨੀ ਠੀਕ ਹੈ ਠੀਕ ਹੈ ਅੱਛਾ ਕਿਹੜਾ ਸੌਂਗ ਲੱਗਦਾ ਸੀ ਤੁਹਾਨੂੰ ਜਿਹੜਾ ਕਿ ਕਿਸੇ ਹੋਰ ਸਿੰਗਰ ਨੇ ਗਾ ਲਿਆ ਉਹ ਮੈਂ ਗਾ ਸਕਦਾ ਸੀ ਵਧੀਆ ਗਾਉਂਦਾ ਨਹੀਂ ਵਧੀਆ ਤਾਂ ਨਹੀਂ ਗਾਉਂਦਾ ਪਰ ਮੈਂ ਜਦੋਂ ਵੀ ਕਈ ਕਮਲ ਖਾਨ ਦੇ ਬੜੇ ਸੋਹਣੇ ਗਾਣੇ ਆ ਤੇ ਮੈਂ ਇਹੀ ਸੋਚਦਾ ਹਾਂ ਕਾਸ਼ ਮੈਂ ਕਮਲ ਖਾਨ ਵਾਂਗੂ ਗਾ ਪਾਉਂਦਾ ਠੀਕ ਹੈ ਫੇਵਰਟ ਸਿੰਗਰ ਕਮਲ ਖਾਨ ਦੋਸਤੋ ਹੁਣ ਆਪਾਂ ਤੁਹਾਨੂੰ ਮਿਲਾਵਾਂਗੇ ਗੁਰਮੁਖ ਸਿੰਘ ਗਿੱਲੀ ਦੇ ਪੇਰੈਂਟਸ ਦੇ ਨਾਲ ਉਹ ਸਾਨੂੰ ਦੱਸਣਗੇ ਕਿ ਬਚਪਨ 'ਚ ਸ਼ਰਾਰਤੀ ਸੀ ਜਾਂ ਨਹੀਂ ਸੀ ਸਾਰੀ ਸਟਰਗਲ ਦੀਆਂ ਗੱਲਾਂ ਫਿਰ ਦੁਬਾਰਾ ਕਰਾਂਗੇ ਆਪਾਂ ਆਓ ਮਿਲਦੇ ਹਾਂ ਗੁਰਮੁਖ ਸਿੰਘ ਗਿੱਲੀ ਦੇ ਪੇਰੈਂਟਸ ਦੇ ਨਾਲ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਬੇਟਾ ਅੱਜ ਪੂਰੇ ਪੰਜਾਬ ਦੇ ਵਿੱਚ ਅੱਛਾ ਨਾਮ ਕਮਾ ਰਿਹਾ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹਾਂਜੀ ਅਸੀਂ ਜਿੱਥੇ ਇਸ ਗੱਲ ਨੂੰ ਬਹੁਤ ਅੱਛਾ ਮਹਿਸੂਸ ਕਰਦੇ ਹਾਂ ਫਖਰ ਮਹਿਸੂਸ ਕਰਦੇ ਹਾਂ ਉੱਥੇ ਕੁਝ ਧਾਰਮਿਕ ਖਿਆਲਾਂ ਦੇ ਹੋਣ ਦੇ ਨਾਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਕਦੇ ਸਾਨੂੰ ਇਹ ਧਿਆਨ ਨਹੀਂ ਆਇਆ ਸੀ ਇੱਕ ਪੇਂਡੂ ਪੰਦਰ ਦਾ ਬੱਚਾ ਜਾਂ ਫੈਮਿਲੀ ਜੋ ਮਤਲਬ ਇੰਨੀ ਦੂਰ ਰਹਿ ਚੰਡੀਗੜ੍ਹ ਦੀ ਰਹਿ ਜਿਹਨੂੰ ਕਦੇ ਕਲਪਨਾ 'ਚ ਨਹੀਂ ਲਿਆ ਸਕਦੀ ਉਸਨੂੰ ਕੁਛ ਇਸ ਦੇ ਸਾਰੇ ਅਤੇ ਜ਼ਿਆਦਾਤਰ ਪਰਮਾਤਮਾ ਦੇ ਆਸਰੇ ਅਸੀਂ ਇੰਨੇ ਵੱਡੇ ਸ਼ਹਿਰ ਵਿੱਚ ਰਿਹਾਇਸ਼ ਕਰਕੇ ਰੱਖੇ ਹਾਂ ਇਸ ਨੂੰ ਅਸੀਂ ਪਰਮਾਤਮਾ ਦੀ ਕਿਰਪਾ ਵੀ ਮੰਨਦੇ ਹਾਂ ਅਤੇ ਨਾਲ ਹੀ ਨਾਲ ਵੀ ਇਹਦੀ ਜਿਹੜੀ ਅਣਥੱਕ ਮਿਹਨਤ ਜੋ ਇਹਨੇ ਕੀਤੀ ਹੈ ਜੋ ਇਹਨੇ ਸਟਰਗਲ ਕੀਤਾ ਇਸ ਮਤਲਬ ਫੀਲਡ ਵਿੱਚ ਆ ਕੇ ਉਹਦੇ ਪ੍ਰਤੀ ਵੀ ਫਖਰ ਮਹਿਸੂਸ ਕਰਦੇ ਅੱਛਾ ਇੱਕ ਐਜ਼ ਐਨ ਐਕਟਰ ਦਾ ਉਹ ਅੱਛਾ ਕੰਮ ਕਰ ਰਿਹਾ ਹੁਣ ਸਿੰਗਰ ਵੀ ਬਹੁਤ ਅੱਛਾ ਨਾਮ ਕਮਾ ਰਿਹਾ ਪੂਰੇ ਪੰਜਾਬ ਦੇ ਵਿੱਚ ਤਾਂ ਤੁਸੀਂ ਉਹਦੀ ਪੜ੍ਹਾਈ ਨੂੰ ਵੀ ਮਤਲਬ ਕਿ ਪੂਰੀ ਬਰਕਰਾਰ ਰੱਖੇ ਕਿ ਪੜ੍ਹਾਈ ਵੀ ਪੂਰੀ ਕਰਨੀ ਆ ਉਹ ਤਾਂ ਫਿਰ ਪੁਰਾਣੀ ਗੱਲ ਅਸੀਂ ਕਹਾਂਗੇ ਕਿ ਅਸੀਂ ਪੇਂਡੂ ਪੰਦਰ ਦੇ ਆਦਮੀ ਹਾਂ ਵੀ ਅਸੀਂ ਇੰਨੀ ਉੱਚੀ ਪੜ੍ਹਾਈ ਦੀ ਕਲਪਨਾ ਨਹੀਂ ਕੀਤੀ ਜੋ ਕੋਈ ਪਿੰਡਾਂ 'ਚ ਰਹਿਣ ਵਾਲੇ ਦੁਕਾਨਦਾਰ ਜਾਂ ਸਧਾਰਨ ਆਦਮੀ ਉਸਦਾ ਦਾਇਰਾ ਜਿਹੜਾ ਸੀਮਤ ਹੁੰਦਾ ਲੇਕਿਨ ਇਸ ਨੇ ਆਪਦੇ ਹਿੰਮਤ ਦੇ ਨਾਲ ਇਸ ਸਾਡੇ ਜਿਹੜਾ ਸੀਮਤ ਦਾਇਰਾ ਸੀ ਉਸ ਤੋਂ ਅੱਗੇ ਵੱਧ ਕੇ ਮਤਲਬ ਹਿੰਮਤ ਕਰਕੇ ਇਸ ਅਸੀਮਤ ਮਤਲਬ ਦਾਇਰੇ ਦੇ ਵਿੱਚ ਪ੍ਰਵੇਸ਼ ਕੀਤਾ ਉਹ ਅਸਲ ਵਿੱਚ ਸਾਡੇ ਨਾਲੋਂ ਜ਼ਿਆਦਾ ਇਸ ਦੀ ਹਿੰਮਤ ਦਾ ਹੀ ਅਸੀਂ ਇਹਨੂੰ ਕ੍ਰੈਡਿਟ ਦਿੰਦੇ ਹਾਂ ਅੱਛਾ ਬੇਬੀ ਤੁਹਾਨੂੰ ਕਿੱਦਾਂ ਲੱਗਿਆ ਜਦੋਂ ਪਹਿਲੀ ਵਾਰ ਗਿੰਨੀ ਨੇ ਕਿਹਾ ਕਿ ਮੈਂ ਕਲਾਕਾਰ ਬਣਨਾ ਐਕਟਰ ਬਣਨਾ ਤੁਸੀਂ ਉਹ ਨਹੀਂ ਕਹੇ ਕਿਹੜੀ ਲਾਈਨ ਫੜ ਲਈ ਤੂੰ ਬੱਚੇ ਦੇ ਸਹਿਮਤ ਦੇ ਨਾਲ ਹਾਂਜੀ ਹਾਂਜੀ ਅਸੀਂ ਕੁਛ ਵੇਖ ਨਹੀਂ ਸਕਦੇ ਸੀ ਜਿੱਥੇ ਅਸੀਂ ਚੰਡੀਗੜ੍ਹ ਹਾਂਜੀ 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 ਬੱਚਿਆਂ ਦੇ ਨਾਲ ਤਾਂ ਤੁਸੀਂ ਉਹਨੂੰ ਕਿਹਾ ਕਿ ਤੂੰ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨੀ ਆ ਫਿਰ ਜੋ ਮਰਜ਼ੀ ਕਰੀ ਚੱਲ ਅਸੀਂ ਤਾਂ
ਕਿਉਂਕਿ ਡਬਲ ਐਮਏ ਗਿੰਦੀ ਨੇ ਕੀਤੀ ਇੱਕ ਬਹੁਤ ਮਾਣ ਵਾਲੀ ਗੱਲ ਹੈ ਕਿ ਪੜ੍ਹਨ ਲਿਖਣ ਦੇ ਵਿੱਚ ਬਹੁਤ ਅੱਛਾ ਇੰਟੈਲੀਜੈਂਟ ਆ ਮੁੰਡਾ ਹੁਣ ਕਲਾਕਾਰੀ ਦੇ ਵਿੱਚ ਵੀ ਅੱਛਾ ਕੰਮ ਕਰ ਰਿਹਾ ਅਤੇ ਕਦੀ ਹੁੰਦਾ ਕਿ ਰਿਸ਼ਤੇਦਾਰ ਕਹਿੰਦੇ ਹੁਣ ਫੋਨ ਕਰਦੇ ਆ ਕਿ ਸਾਡਾ ਬੱਚਾ ਕਾਮਯਾਬ ਹੋ ਗਿਆ ਬਹੁਤ ਰਿਸ਼ਤੇਦਾਰ ਦਾ ਜਿਹੜੇ ਹੁੰਦੇ ਨੇ ਉਹ ਕਿਉਂਕਿ ਫਿਰ ਗੱਲ ਪੇਂਡੂ ਇਲਾਕੇ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਕੋਈ ਨਹੀਂ ਮਤਲਬ ਐਸ ਜਿਹੜਾ ਸਰਕਲ ਆ ਜਾਂ ਉਹਨਾਂ ਦੇ ਬੜੇ ਕੋਈ ਨਹੀਂ ਜਾਣਕਾਰੀ ਨਹੀਂ ਹੁੰਦੀ ਅਤੇ ਪਿੰਡਾਂ ਦੇ ਵਿੱਚ ਜਿਹੜੇ ਇਹ ਕੰਮ ਹੈ ਵਾਕਈ ਉਹਨੂੰ ਮਤਲਬ ਠੀਕ ਪੂਰਾ ਵੀ ਸਹੀ ਨਹੀਂ ਮੰਨਿਆ ਜਾਂਦਾ ਕਿਉਂਕਿ ਮਤਲਬ ਪੇਂਡੂ ਘੇਰੇ ਨੂੰ ਤੋੜਿਆ ਇਸ ਲਈ ਪੇਂਡੂ ਜਾਣੀ ਜਿਹੜੇ ਆਦਮੀ ਨੇ ਨਾ ਉਹ ਆਪਣੇ ਦਾਇਰੇ 'ਚ ਰਹਿ ਕੇ ਮਤਲਬ ਠੀਕ ਸਮਝਦੇ ਨੇ ਇਸ ਲਈ ਫਕਰ ਤਾਂ ਮਹਿਸੂਸ ਕਰਦੇ ਹੋਣਗੇ ਜ਼ਰੂਰ ਪਰ ਉਹਨਾਂ ਨੇ ਜਿੰਨਾ ਕਿ ਅਸੀਂ ਚਾਹੁੰਦੇ ਹਾਂ ਜਾਂ ਤੁਸੀਂ ਚਾਹੁੰਦੇ ਹੋ ਵੀ ਉਹਨਾਂ ਤੁਹਾਡੇ ਜਿਹੜਾ ਮਤਲਬ ਸਰਕਲ ਇਹਨੂੰ ਸਲਾਹ ਜਾਵੇ ਅਤੇ ਹਾਂ ਇਹ ਜ਼ਰੂਰ ਸਮਾਂ ਆਏਗਾ ਜਦੋਂ ਫਿਰ ਵਾਕਈ ਜਿਵੇਂ ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਨਿਰਤਨ ਦੇਖਿਆ ਉਹਦੇ ਪਾਸੇ ਹਟ ਜਾਂਦੇ ਨੇ ਜਦੋਂ ਕਿਸੇ ਦੀ ਫੈਮਿਲੀ ਦਾ ਮਤਲਬ ਵਡਿਆਈ ਸੁਣਦੇ ਨੇ ਫਿਰ ਖੁਦ ਖੁਦ ਆਪਣੇ ਆਪ ਉਹ ਰਿਸ਼ਤੇ ਸਾਡੇ ਨਾਲ ਜ਼ਿਆਦਾ ਜੋੜ ਲੈਂਦੇ ਨੇ ਜ਼ਿਆਦਾ ਆਪਣੇ ਆਪ ਨਾਲ ਸਾਡਾ ਨੇੜ ਜਿਹੜਾ ਉਹ ਮਹਿਸੂਸ ਕਰਾਉਣਗੇ ਬਹੁਤ ਅੱਛੀਆਂ ਗੱਲਾਂ ਲੱਗਦੀਆਂ ਮੈਨੂੰ ਤੁਹਾਡੀਆਂ ਮਤਲਬ ਮੋਟੀਵੇਟ ਹੋ ਜਾਂਦਾ ਜਿਹੜਾ ਵੀ ਤੁਹਾਨੂੰ ਦੋ ਮਿੰਟ ਲਈ ਵੀ ਮਿਲਦਾ ਨਾ ਮੈਂ ਪਹਿਲਾਂ ਵੀ ਤੁਹਾਨੂੰ ਮਿਲਿਆ ਸੀ ਇੱਕ ਵਾਰੀ ਅੱਜ ਵੀ ਤੁਹਾਨੂੰ ਮਿਲ ਕੇ ਬਹੁਤ ਅੰਦਰੋਂ ਇੱਕ ਨਾ ਖੁਸ਼ੀ ਹੁੰਦੀ ਆ ਕਿ ਕਿਸੇ ਨੇਕ ਦਿਲ ਇਨਸਾਨ ਦੇ ਨਾਲ ਅੱਜ ਮੁਲਾਕਾਤ ਹੋਈ ਤਾਂ ਮੈਨੂੰ ਵੀ ਆਸ਼ੀਰਵਾਦ ਦਿਓ ਹਰਪਿੰਦਰ ਜੀ ਬਹੁਤ ਵਧੀਆ ਐਕਟਰ ਨੇ ਅਤੇ ਇਹਨਾਂ ਦਾ ਚੈਨਲ ਜਿਹੜਾ ਹਰਪਿੰਦਰ ਦੇ ਨਾਮ ਤੋਂ ਹੀ ਹੈ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਭਰਾ ਜਿਵੇਂ ਪਹਿਲਾਂ ਗੱਲ ਕੀਤੀ ਕਿ ਪੰਜਾਬੀ ਇੰਡਸਟਰੀ ਨੂੰ ਇੱਕ ਐਕਟਰ ਵੱਲ ਐਕਟਰਾਂ ਵੱਲ ਧਿਆਨ ਦੇਣ ਦੀ ਲੋੜ ਹੈ ਜਦ ਤੱਕ ਉਹ ਨਹੀਂ ਧਿਆਨ ਦਿੰਦੇ ਤੁਹਾਡੀ ਸਬਸਕ੍ਰਿਪਸ਼ਨ ਜਿਹੜੀ ਹੈਗੀ ਹੈ ਤੁਹਾਡੇ ਜਿਹੜੇ ਵਿਊਜ਼ ਨੇ ਇਹਨੂੰ 2-4 ਰੁਪਈਏ ਦੇ ਜਾਣ ਅਤੇ ਵੀ ਮੇਰੇ ਵਾਂਗੂ ਲਾਲ ਰੰਗ ਦੀ ਗੱਡੀ ਲੈ ਲਏ ਠੀਕ ਹੈ ਘੱਟੋ ਘੱਟ ਲਾਲ ਰੰਗ ਦੀ ਸਵਿਫਟ ਤਾਂ ਲਵੇ ਨਾ ਠੀਕ ਹੈ ਅਤੇ ਉਹ ਚੰਡੀਗੜ੍ਹ ਜੱਚ ਵੀ ਜਾਂਦੀ ਹੈ ਅਤੇ ਫਿਰ ਇਹਨੂੰ ਮੋਟੀਵੇਸ਼ਨ ਮਿਲੂਗੀ ਇਹ ਰੋਜ਼ ਜਦੋਂ ਪੈਸੇ ਆਉਣਗੇ ਯੂਟਿਊਬ ਤੋਂ ਇਹ ਪੈਸੇ ਕਮਾਊਗਾ ਫਿਰ ਆਪਦੀ ਫਿਟਨੈਸ 'ਤੇ ਵੀ ਧਿਆਨ ਦੇਊਗਾ ਵੈਸੇ ਤਾਂ ਮਾਈ ਫਿੱਟ ਹੈ ਅੱਜ ਕੱਲ੍ਹ ਗਲੋ ਵੀ ਆਇਆ ਫੇਸ 'ਤੇ ਫਿਰ ਇਹ ਕੋਰਨਫਲੈਕਸ ਬਰਾਊਨ ਬ੍ਰੈਡ ਇਹੋ ਚੀਜ਼ਾਂ ਖਾਊਗਾ ਅਤੇ ਬਾਈ ਐਕਟਰ ਸੱਚੀ ਬਹੁਤ ਘੈਂਟ ਨੇ ਅਤੇ ਮੇਰੇ ਸੀਨੀਅਰ ਵੀ ਨੇ ਥੀਏਟਰ ਦੇ ਅਤੇ ਇਹ ਸਾਡਾ ਕੰਫਰਟ ਜ਼ੋਨ ਹੀ ਹੈ ਕਿ ਮੇਰੇ ਮੁਝੇ ਤੂੰ ਤੜਾਕ ਨਿਕਲ ਗਿਆ ਇਹ ਬੰਦਾ ਉੱਥੇ ਬੋਲ ਸਕਦਾ ਜਿਹਦੇ ਨਾਲ ਪਿਆਰ ਹੁੰਦਾ ਅਤੇ ਕਹਿਣ ਦਾ ਮਤਲਬ ਕਿ ਬਾਈ ਜੀ ਬਹੁਤ ਅੱਛੇ ਐਕਟਰ ਨੇ ਅਤੇ ਪੰਜਾਬੀ ਇੰਡਸਟਰੀ ਨੂੰ ਧਿਆਨ ਦੇਣ ਦੀ ਮੇਰੇ ਨਾਲ ਨਾਲ ਇਹਨਾਂ ਨੂੰ ਵੀ ਲੋੜ ਹੈ ਪਹਿਲਾਂ ਮੇਰੇ ਵੱਲ ਧਿਆਨ ਦੇਣ ਠੀਕ ਹੈ ਗੁੱਡ ਥੈਂਕ ਯੂ ਭਾਅ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਜਿਹੜੀ ਤਰੱਕੀ ਆ 2021 ਦੇ ਵਿੱਚ ਹੀ ਸਾਨੂੰ ਬਹੁਤ ਤੁਹਾਡੀ ਬਹੁਤ ਸਾਰੇ ਪ੍ਰੋਜੈਕਟਸ ਦੇਖਣ ਨੂੰ ਮਿਲ ਜਾਣ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਅਤੇ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਅਤੇ ਅਸੀਂ ਪੰਜਾਬੀ ਫਿਲਮ ਐਕਟਰ ਐਂਡ ਸਿੰਗਰ ਗੁਰਮੁਖ ਸਿੰਘ ਗਿੰਨੀ ਅੱਜ ਅਸੀਂ ਤੁਹਾਨੂੰ ਇਹਨਾਂ ਦਾ ਡੇਲੀ ਦਾ ਡੇ ਟੂ ਡੇ ਸਕੈਡਿਊਲ ਦਿਖਾਇਆ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਇੱਕ ਵਾਰ ਸਬਸਕ੍ਰਾਈਬ ਸਾਡਾ ਚੈਨਲ ਜ਼ਰੂਰ ਕਰ ਦਿਓ ਤਾਂ ਕਿ ਆਪਾਂ ਬਹੁਤ ਜਲਦ ਕਿਸੇ ਹੋਰ ਸੈਲੀਬ੍ਰਿਟੀ ਦੇ ਨਾਲ ਤਦ ਤੱਕ ਤੁਸੀਂ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਜੈ ਹਿੰਦ